ਤਾਂ ਜਦੋਂ ਇਹ ਰੁੱਖ ਵੱਢਣ ਦਿੰਦੇ ਆ ਸੜਕਾਂ ਦੇ ਕੰਢਿਆਂ ਤੋਂ, ਉਦੋਂ ਕਿੱਥੇ ਜਾਂਦਾ ਪੰਛੀਆਂ ਦੇ ਲਈ ਇਹਨਾਂ ਦਾ ਪਿਆਰ ਹੈ? ਤੇ ਜਦੋਂ ਇਹ ਕਹਿੰਦੇ ਕਿ ਸਾਡੀ ਕੋਠੀ ਦੀ ਫੋਟੋ ਵਧੀਆ ਆਉਣੀ ਚਾਹੀਦੀ ਆ, ਲਾਗੇ ਦੇ ਪਲਾਟ ਵਾਲਾ ਰੁੱਖ ਵੱਢ ਦਿਓ ਭਾਵੇਂ, ਉਦੋਂ ਕਿੱਥੇ ਜਾਂਦਾ ਪੰਛੀਆਂ ਦਾ ਪਿਆਰ? ਢੇਡ ਚਾਲ ਜਦੋਂ ਚੱਲਣੀ ਹੁੰਦੀ ਨਾ ਕਿ ਚਲੋ ਇੱਕ ਜਣੇ ਦੇ 5G ਦੇ ਕਮੈਂਟ ਕੀਤਿਆਂ ਵਿਊ ਜ਼ਿਆਦੇ ਆ, ਤੇ ਮੈਂ ਵੀ ਫਟਾਫਟ ਕਰਦਾ 5G ਦੇ ਕਮੈਂਟ, ਮੈਂ ਵੀਡੀਓ ਬਣਾ ਕੇ ਪਾਉਂਦਾ, ਮਰਦੇ ਪੰਛੀ, ਉਦੋਂ ਸਾਰਿਆਂ ਨੂੰ ਪਿਆਰ ਹੋ ਜਾਂਦਾ ਪੰਛੀਆਂ ਨੂੰ। ਹੋਰ ਫਿਰ ਕੀ ਹਾਲ ਚਾਲ ਆ ਸਾਰੇ ਜਣ ਦਾ? ਆਈ ਹੋਪ ਵਧੀਆ ਹੋਵੋਗੇ, ਬਟ ਅੱਜ ਮੇਰੇ ਹਾਲਾਤ ਥੋੜ੍ਹੇ ਕੁਝ ਖਾਸ ਨੇਗੇ। ਠੀਕ ਹੈ, ਅੱਜ ਨਾ ਦੁਪਹਿਰ ਤੋਂ ਤਾਂ ਮੈਂ ਠੀਕ ਹਾਂ, ਪਰ ਨਾ ਜਦੋਂ ਦੁਪਹਿਰ 'ਚ ਇਹਨਾਂ 'ਤੇ ਮੈਨੂੰ ਇੱਕਦਮ ਜ਼ੁਕਾਮ ਜਿਹਾ ਹੋ ਗਿਆ, ਅਤੇ ਮੁੜ ਕੇ ਨਾ ਬੁਖਾਰ ਵੀ ਹੋ ਗਿਆ ਨਾਲ ਹੀ, ਉਹਨਾਂ ਮੈਂ ਗੋਲੀਆਂ ਤਾਂ ਦੋਵੇਂ ਖਾ ਲਈਆਂ, ਸੈਨਟਰੀ ਜੜ ਪੈਰਾਂ ਦਾ ਟੰਬ ਬੁੱਲ, ਪਰ ਥੋੜ੍ਹਾ ਅਸਰ ਉਸਰ ਜਿਹੜੇ ਹੁੰਦੇ ਆ, ਅਤੇ ਲਾਲ ਯਾਰ ਲੰਮੇ ਪੈਣ ਲੱਗੇ ਬਸ। ਠੀਕ ਹੈ, ਅਤੇ ਜਦੋਂ ਮੈਂ ਸੌਂ ਕੇ ਉੱਠੂੰਗਾ, ਕੋਈ ਵਾਰ ਨੀਂਦ ਆਉਣੀ ਨਹੀਂ, ਸੌਂ ਕੇ ਉੱਠਦੇ ਆ ਅਤੇ ਬਹਿੰਦੇ ਆ, ਕੀ ਹੁੰਦਾ ਠੀਕ ਹੁੰਦੇ ਨਹੀਂ ਹੁੰਦੇ, ਮੈਂ ਜ਼ੁਕਾਮ ਵਗੈਰਾ ਤਾਂ ਮੈਨੂੰ ਹੁੰਦਾ ਰਹਿੰਦਾ ਹੁਣ ਕੋਈ ਚੱਕਰ, ਪਰ ਨਾ ਅੱਜ ਨਾ ਆਲੀ ਜਿਹੜੀ ਸਾਈਡ ਨਾ ਪੂਰੀ ਇੱਥੋਂ ਆਲੀ ਇੰਨੀ ਜਗ੍ਹਾ ਨਾ ਪੂਰੀ ਆ ਦਰਦ ਕਰਦੀ ਅੰਦਰਲੀ ਸਾਈਡ ਤੋਂ ਬਹੁਤ ਜ਼ਿਆਦਾ, ਇੱਥੋਂ ਬਹੁਤ ਜ਼ਿਆਦਾ ਹੁੰਦੇ ਆ। ਅਤੇ ਫਿਲਹਾਲ ਯਾਰ ਸੁਣਦੇ ਹਾਂ, ਫਿਰ ਉੱਠ ਕੇ ਜੇਕਰ ਸਹੀ ਹੋਏ ਤਾਂ ਪਰਨਾ ਬੰਨ ਕੇ ਰੀਲ ਰੂਲ ਬਣਾ ਲਾਂਗੇ, ਜਾਂ ਫਿਰ ਉਹਦੇ ਮੈਂ ਚੱਲ ਵਲੋਗ ਦਾ ਨਾ ਗਾਣਾ ਪਾਈਏ ਯਾਰ, ਤੁਹਾਨੂੰ ਪਤਾ ਫਿਰ ਰੂਟੀਨ ਜਿਹੀ ਨਹੀਂ ਰਹਿੰਦੀ ਨਾ, ਬਿਮਾਰੀ ਚੀਜ਼ ਕਿਹੋ ਜਿਹਾ ਲੱਛਣ ਕਰਨ ਦਿਆ ਮੈਂ ਸੁਣਾਈ ਯਾਰ। ਬਸ ਮੈਂ ਹੁਣੇ ਹੁਣੇ ਉੱਠਿਆ, 5:15 ਹੋਏ ਆ, ਅਤੇ ਇੱਧਰ ਵਾਲੀ ਸਾਈਡ ਜਿਹੜੀ ਪੀੜ ਹੁੰਦੀ ਉਹ ਚਲੋ ਹਟ ਗਈ ਆ, ਬਾਕੀ ਜ਼ੁਕਾਮ ਮਤਲਬ ਥੋੜ੍ਹਾ ਥੋੜ੍ਹਾ ਹੈਗਾ ਹੈ, ਹੁਣ ਭੁੱਖ ਵੀ ਲੱਗ ਗਈ, ਰੋਟੀ ਰੋਟੀ ਖਾ ਲਏ ਮੈਂ ਤੁਸੀਂ। ਠੀਕ ਹੈ, ਅਤੇ ਉੱਠਿਆ ਮੈਂ ਪਤਾ ਕਿਉਂ, ਅਗਰ ਇੱਥੇ ਲਾਗੀ ਚਾਗੇ ਰੌਲਾ ਪੈ ਜਾਂਦਾ ਤਾਂ ਉੱਠ ਚੁੱਕਿਆ ਮੈਂ, ਅਤੇ ਮੈਂ ਹੋਰ ਸੋ ਜਾਣਾ ਸੀ। ਐਂਡ ਹੁਣ ਆਪਾਂ ਜੈਮ ਨਾਲ ਰੋਟੀ ਖਾਂਦੇ ਹਾਂ, ਅਤੇ ਥੋੜ੍ਹਾ ਜਿਹਾ ਮੇਰਾ ਠੀਕ ਹੈ ਹੁਣ ਫਿਲਹਾਲ, ਮੈਂ ਫਿਰ ਪਰਨਾ ਪਾਉਂਦੇ ਉੱਠਦੇ ਹਾਂ, ਥੋੜ੍ਹਾ ਤੁਰਦੇ ਫਿਰਦੇ ਹਾਂ। ਅਤੇ ਫਿਰ ਆਪਾਂ ਯਾਰ ਥੋੜ੍ਹੀ ਦੇਰ ਬਾਹਰ ਤੁਰ ਫਿਰ ਆਏ ਹਾਂ, ਅਤੇ ਥੋੜ੍ਹਾ ਘੁੰਮ ਫਿਰ ਆਏ ਹਾਂ, ਹੁਣ ਥੋੜ੍ਹਾ ਮੈਂ ਠੀਕ ਹਾਂ। ਅਤੇ ਬਾਕੀ ਮੈਂ ਵਿਹਲਾ ਬੈਠਾ, ਅੱਜ ਵੇਖਣ ਡਿਆ ਰੀਲਾਂ, ਅਤੇ ਮੈਨੂੰ ਉਹ ਵਾਲੀ ਰੀਲ ਦਿਖੀ ਜਿਹਦੇ ਵਿੱਚ ਇੱਕ ਬੰਦਾ ਹੱਥ 'ਚ ਪੰਛੀ ਜੇ ਫੜ ਕੇ 3 ਚਿੜੀਆਂ ਜੀਆਂ, ਅਤੇ ਕਹਿੰਦਾ 5G ਦੇ ਬਾਰੇ ਧੋਈਆਂ। ਪਹਿਲੀ ਤਾਂ ਗੱਲ ਯਾਰ ਮੈਨੂੰ ਲੱਗਦਾ ਹੀ ਨਹੀਂ ਉਹ ਟਾਵਰ 5G ਦਾ ਹੀ, ਐਂ ਪੇਂਡੂ ਜਿਹਾ ਇਲਾਕਾ ਦਿਖਾਇਆ ਉਹਨੇ ਜਿੱਥੇ ਮਾਮਾ ਕਗੰਧਾਂ ਨੂੰ ਉਹ ਕਲੀ ਹੋਈ ਨਹੀਂ ਤੁਹਾਡੇ, ਐਂ ਪਲਸਤਰ ਲੱਗਾ ਨਹੀਂ ਆ, ਅਤੇ 5G ਉੱਥੇ ਪਹਿਲਾਂ ਆ ਗਿਆ। ਚੱਲ ਜੇਕਰ ਆ ਵੀ ਗਿਆ, ਚਲੋ ਮੈਂ ਮੰਨ ਲੈਂਦਾ ਕਿ 5G ਆ ਗਿਆ, ਚਲੋ ਠੀਕ ਆ, ਪਰ ਯਾਰ ਫਿਰ ਵੀ ਇੱਦਾਂ ਨਹੀਂ ਹੁੰਦਾ ਕਿ ਪੰਛੀ ਇੱਦਾਂ ਹੀ ਮਰਦੇ ਫਿਰਦੇ ਡਿੱਗਦੇ ਪਏ ਆ, ਹੈਂ। ਨਾਲੇ ਆਪਣੇ ਤੋਂ ਪਹਿਲਾਂ ਜਿਹੜੇ ਦੂਸਰੇ ਦੇਸ਼ਾਂ ਦੇ ਵਿੱਚ 5G ਆ ਗਿਆ, ਸਾਲ ਦੋ ਸਾਲ ਪਹਿਲਾਂ, ਉੱਥੇ ਤਾਂ ਅੱਜ ਤੱਕ ਕਦੀ ਸੁਣਿਆ ਨਹੀਂ ਕਿ ਪੰਛੀ ਮਰ ਗਏ ਹੋਣ, ਹੈ, ਸਗੋਂ ਉਹ ਜ਼ਿਆਦਾ ਸਟ੍ਰਿਕਟ ਨੇ ਪੰਛੀਆਂ ਨੂੰ, ਜਾਨਵਰਾਂ ਨੂੰ ਲੈ ਕੇ। ਉੱਥੇ ਜੇਕਰ ਮਤਲਬ ਪੰਛੀ ਨੂੰ ਕੋਈ ਬਿਨਾਂ ਇਜਾਜ਼ਤ ਦੇ ਮਾਰ ਵੀ ਦਿੰਦਾ ਹੈ ਨਾ, ਤਾਂ ਉੱਥੇ ਕੇਸ ਪੈਂਦਾ, ਉਹਨੂੰ ਜੇਲ੍ਹ ਦੇ ਅੰਦਰ ਜਾਂਦੇ ਆ ਅਤੇ ਫਾਈਨ ਲੱਗਦਾ, ਉਹ ਵੱਖਰਾ ਹੁੰਦਾ। ਐਂਡ ਇੱਦਾਂ ਪੰਜਾਬ ਵਾਲਿਆਂ ਨੂੰ ਲੱਗਦਾ ਕਿ ਬਈ ਅਸੀਂ ਪਤਾ ਨਹੀਂ ਕੀ ਪੰਛੀਆਂ ਦੇ ਲਈ ਕਰਦੇ ਹਾਂ, ਅਸੀਂ ਪਤਾ ਨਹੀਂ ਕੀ ਪੰਛੀ ਅੰਜਾਮ ਚਾਹ ਰਹੀ ਹਾਂ, ਤਾਂ ਜਦੋਂ ਇਹ ਰੁੱਖ ਵੱਢਣ ਦਿੰਦੇ ਆ ਸੜਕਾਂ ਦੇ ਕੰਢਿਆਂ ਤੋਂ, ਉਦੋਂ ਕਿੱਥੇ ਜਾਂਦਾ ਪੰਛੀਆਂ ਦੇ ਲਈ ਇਹਨਾਂ ਦਾ ਪਿਆਰ, ਹੈ। ਜਦੋਂ ਇਹ ਆਪਣੇ ਖੇਤ ਦੇ ਰਾਹ ਲਈ ਰਸਤੇ ਦੇ ਸਾਰੇ ਰੁੱਖ ਵੱਢਣ ਦਿੰਦੇ ਕਿ ਸਾਡਾ ਖੇਤ ਦਿਖੇ ਸਾਨੂੰ ਸਿੱਧਾ ਘਰੋਂ, ਉਦੋਂ ਕਿੱਥੇ ਜਾਂਦਾ ਬਈ ਪੰਛੀਆਂ ਨਾਲ ਪਿਆਰ, ਹੈ। ਅਤੇ ਜਦੋਂ ਇਹ ਕਹਿੰਦੇ ਕਿ ਸਾਡੀ ਕੋਠੀ ਦੀ ਫੋਟੋ ਵਧੀਆ ਆਉਣੀ ਚਾਹੀਦੀ ਆ, ਲਾਗੇ ਦੇ ਪਲਾਟ ਵਾਲਾ ਰੁੱਖ ਵੱਢ ਦਿਓ ਭਾਵੇਂ, ਉਦੋਂ ਕਿੱਥੇ ਜਾਂਦਾ ਪੰਛੀਆਂ ਨਾਲ ਪਿਆਰ, ਹੈ। ਉਦੋਂ ਪਿਆਰ ਮਰ ਜਾਂਦਾ ਤੁਹਾਡਾ ਪੰਛੀਆਂ ਨੂੰ, ਉਦੋਂ ਪੰਛੀ ਨਹੀਂ ਇਹਨਾਂ ਨੂੰ ਰਹਿੰਦੇ, ਹੈ। ਪੰਛੀਆਂ ਦੀ ਘਾਟ ਪਤਾ ਕਿਉਂ ਹੋਈ? ਕਿਉਂਕਿ ਰੁੱਖ ਘਟੇ ਆ, ਹੁਣ ਘਰੇ ਕਿਸੇ ਦੇ ਘਰੇ ਕੋਈ ਘੋਸਲਾ ਪਾ ਦੇਣਾ ਪੰਛੀ, ਅਤੇ ਉਹਨੂੰ ਉਸ ਵੇਲੇ ਤੋੜ ਦਿੰਦੇ ਆ ਕਿ ਲੈ ਸਾਡੇ ਘਰ 'ਚ ਤਾਂ ਸ਼ੋਅ ਖਰਾਬ ਕਰਤੀ ਜੀ, ਪੰਛੀ ਨੇ ਪੰਛੀ ਗੰਦ ਪਾਉਂਦਾ ਜੀ, ਪੰਛੀ ਦੀਆਂ ਵਿੱਠਾਂ ਉੱਠਾਂ ਹੋ ਜਾਂਦੀਆਂ ਜੀ, ਪੰਛੀ ਨੂੰ ਮਾਰੋ ਪਹਿਲਾਂ ਫੜ ਕੇ, ਉਦੋਂ ਪੰਛੀਆਂ ਦਾ ਪਿਆਰ ਇਹਨਾਂ ਦਾ ਸਾਰਿਆਂ ਦਾ ਭੱਜ ਜਾਂਦਾ ਹੈ। ਅਤੇ ਇਹ ਇੱਦਾਂ ਭੇਡ ਚਾਲ ਜਦੋਂ ਚੱਲਣੀ ਹੁੰਦੀ ਨਾ ਕਿ ਚਲੋ ਇੱਕ ਜਣੇ ਦੇ 5G ਦੇ ਕਮੈਂਟ ਕੀਤਿਆਂ ਵਿਊ ਜ਼ਿਆਦੇ ਆ, ਅਤੇ ਮੈਂ ਵੀ ਫਟਾਫਟ ਕਰਦਾ 5G ਦੇ ਕਮੈਂਟ, ਮੈਂ ਵੀਡੀਓ ਬਣਾ ਕੇ ਪਾਉਂਦਾ, ਮਰਦੇ ਪੰਛੀ, ਉਦੋਂ ਸਾਰਿਆਂ ਨੂੰ ਪਿਆਰ ਹੋ ਜਾਂਦਾ ਪੰਛੀਆਂ ਨਾਲ। ਨਾਲੇ ਯਾਰ ਪੰਛੀਆਂ ਦਾ IQ ਹੈ ਨਾ ਜਿਹੜਾ, ਉਹ ਇਨਸਾਨਾਂ ਨਾਲ ਵੱਧ ਦੱਸਿਆ ਗਿਆ, ਜਿਹੜਾ ਬਾਜ਼ ਦਾ ਇੱਕ ਬਾਜ਼ ਦਾ IQ ਹੁੰਦਾ ਨਾ, ਉਹ ਇੱਕ ਸਾਇੰਟਿਸਟ ਤੋਂ ਵੱਧ ਦੱਸਿਆ ਗਿਆ ਵਾ ਗੂਗਲ ਦੇ ਮੁਤਾਬਿਕ, ਸਾਇੰਟਿਸਟ ਦੇ ਖੁਦ ਦੇ ਮੁਤਾਬਿਕ। ਅਤੇ ਜਿਹੜੇ ਮੈਂ ਬਿਨਾ ਪੰਛੀ ਹੈ ਨਾ, ਉਹ ਸਾਰੀ ਜਿਹੜੀ ਟਾਵਰਾਂ ਦੇ ਬੈਠੇ ਰਹਿੰਦੇ, ਕਿਉਂਕਿ ਘਰੇ ਤਾਂ ਕਿਸੇ ਨੇ ਬਹਿਣ ਦੇਣਾ ਨਹੀਂ ਉਹਨਾਂ ਨੂੰ, ਟਾਵਰਾਂ 'ਤੇ ਜਾ ਕੇ ਬਹਿ ਜਾਂਦੇ ਆ, ਅਤੇ ਜੇਕਰ ਉਹਨਾਂ ਨੂੰ ਉਹਨਾਂ ਦੀ ਫ੍ਰੀਕੁਐਂਸੀ ਇੰਨੀ ਨੁਕਸਾਨ ਦਿੰਦੀ ਆ, ਤਾਂ ਦੱਸੋ ਕਿਹੜਾ ਇਹੋ ਜਿਹਾ ਮੂਰਖ ਹੋਊਗਾ ਜਿਹੜੀ ਨੁਕਸਾਨ ਦੇਣ ਵਾਲੀ ਜਗ੍ਹਾ 'ਤੇ ਜਾ ਕੇ ਬਹਿ ਜੂਗਾ? ਮੈਨੂੰ ਲੱਗਦਾ ਨਹੀਂ ਫ੍ਰੀਕੁਐਂਸੀ ਦੀ ਵਜ੍ਹਾ ਤੋਂ ਜ਼ਿਆਦਾ ਕੋਈ ਨੁਕਸਾਨ ਹੁੰਦਾ ਹੈ। ਨਾਲੇ ਯਾਰ ਟੈਕਨੋਲੋਜੀ ਬਦਲ ਰਹੀ ਆ, ਵਧੀਆ ਟੈਕਨੋਲੋਜੀ ਆ ਰਹੀ ਆ, ਅਤੇ ਇਨ ਫਿਊਚਰ ਯਾਰ ਐਵੇਂ ਦੀ ਕੋਈ ਦਿੱਕਤ ਹੁੰਦੀ ਨਹੀਂ ਪਹਿਲੀ ਗੱਲ ਤਾਂ, ਅਤੇ ਜੇਕਰ ਹੁੰਦੀ ਵੀ ਆ ਤਾਂ ਉਹਦਾ ਸਲਿਊਸ਼ਨ ਲੱਭਦੇ ਆ ਸਾਇੰਟਿਸਟ, ਐਵੇਂ ਨਹੀਂ ਬੈਠੇ ਉਹ ਜਿਹੜੇ ਇੰਨੇ ਇੰਨੇ ਪੈਸੇ ਕਰੋੜਾਂ ਅਰਬਾਂ ਖਰਚ ਰਹੇ ਆ, ਉਹ ਐਵੇਂ ਨਹੀਂ ਬੈਠੇ ਉੱਥੇ। ਠੀਕ ਹੈ, ਅਤੇ ਬਾਕੀ ਜਿਹੜੀ ਗੱਲ ਹੈ ਕਿ ਜੇਕਰ ਸੱਚੀ ਪੰਛੀ ਨੂੰ ਬਚਾਉਣਾ ਤਾਂ ਰੁੱਖ ਲਾਓ ਪਹਿਲੀ ਗੱਲ ਤਾਂ, ਦੂਸਰਾ ਜਿਹੜਾ ਬਸ ਝੋਨਾ ਦੇ ਕਣਕ ਬੀਜ ਕੇ ਜ਼ਮੀਨ ਦਾ ਪਹਿਲਾਂ ਤਾਂ ਪਾਣੀ ਖਤਮ ਕਰ ਰਿਹਾ, ਮੁੜ ਕੇ ਉਹਦੇ ਨਿਊਟ੍ਰੀਸ਼ਨ ਖਤਮ ਕਰ ਰਿਹਾ, ਇਹਨਾਂ ਦੇ ਕਰਕੇ ਪੰਛੀ ਲੁਪਤ ਹੋ ਰਹੇ ਆ ਪੰਜਾਬ 'ਚੋਂ। ਠੀਕ ਹੈ, ਇਹਨਾਂ ਦੇ ਕਰਕੇ ਆਪਣੇ ਪੰਜਾਬ ਦੇ ਜੰਗਲ ਰੁੱਖ ਘੱਟ ਰਹੇ ਆ, ਪਹਿਲਾਂ ਉਹ ਬਚਾ ਲਓ ਜਿਹੜੀ ਬਚਾਉਣ ਵਾਲੀ ਗੱਲ ਆ, ਅਤੇ ਫਿਰ ਆ ਜਿਹੜੇ ਦੁੱਕੀ ਤਿੱਕੀ ਕਮਾਸਲੇ ਹੁੰਦੇ ਨਾ ਵਿਊ ਲੈਣ ਵਾਲੇ, ਉਹ ਬਾਅਦ 'ਚ ਵੀ ਹੋ ਜਾਂਦੇ ਹੁੰਦੇ ਆ। ਬਾਕੀ ਨਾ ਗੱਲਾਂ ਦੀਆਂ
बट जेठा होंदा अपने वक्खरा ही मजा है, क्योंकि कल नवा महीना चढ़न लगा जेठ का, तो मैं उस महीने च कुछ भी नवा नहीं कर सकता। तो जो चीज़ा रेंदियां हैं मेरे नवे करने वाली, जी सब्जियां रेंदियां हैं मम्मी ने सारियां बनातियां ने, तुहानू मैं दिखाउंदा हुणे हुणे। करो पहला भिंडियां वा, मैं वधिया सवाद लगदियां है, वह भी बनातियां है। करेला बनाता है, उधर कद्दू के कोफते बनाते आ, इधर भरवें बैंगन बनाते आ। एंड अज भाई मजे है अपने, ठीक है, जेठे होने फायदे वेख लो, ठीक है, मजे मजे है, क्योंकि कल तो नवा महीना चढ़ जाना है, फिर अज रात तीन नवे करने जरूरी है मेरे। इधर है ना हर साल मेरे यार सारे पहले ही नवे होने, खरबूजे तरबूजे लीची लूची जो कुछ भी आता है यार, सारा कुछ पहले ही अपना खादा पीता जाता होंगे, ठीक है, मजे अपने कोई चक्कर नहीं है। तुम भी यार मजे लाओ जे अगर तुम जेठे ये नहीं है तो कोई ना, जो तो डेके वे डेली आऊगी नाल तुम मिल जानी है।